ਦੋਸਤੋ, ਇਸ ਵਕਤ ਅਸੀਂ ਖੜੇ ਹਾਂ, ਬੜਾ ਹੀ ਇਤਿਹਾਸਿਕ ਸਥਾਨ ਹੈ, ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ ਵਿੱਚ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਖੜਾ ਹੈ। ਉੱਥੇ ਲਾਗੇ ਪਿੱਛੇ ਇੱਕ ਅਖੌਤੀ ਬਦਲਾਵ, ਭਗਵੰਤ ਮਾਨ ਨੇ ਇੱਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਸੀਗਾ, ਤੁਸੀਂ ਪੜ੍ਹ ਸਕਦੇ ਹੋ। ਸਰਦਾਰ ਭਗਵੰਤ ਮਾਨ, ਪਹਿਲਾਂ ਤਾਂ ਸਿੰਘ ਹੈ ਨਹੀਂ ਜੀ, ਹੈ ਮਸਤੂਆਣਾ ਸਾਹਿਬ ਦੀ ਗੱਲ ਕਰ ਰਿਹਾ, ਲੇਕਿਨ ਇੱਥੇ ਸਿੰਘ ਹੈ ਨਹੀਂ, ਇਹ ਸਰਦਾਰ ਸਿੱਖ ਘੁਆ ਕੇ ਚੰਗੀ ਤਰ੍ਹਾਂ ਖੁਸ਼ ਨਹੀਂ, ਸਿੰਘ ਘੁਆ ਕੇ। ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸੰਤ ਅਤਰ ਸਿੰਘ ਸਟੇਟ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਮਸਤੂਆਣਾ ਸਾਹਿਬ ਸੰਗਰੂਰ ਦਾ ਨੀਂਹ ਪੱਥਰ, ਜਿਹੜਾ ਕਹਿੰਦਾ ਹੁੰਦਾ ਸੀਗਾ ਕਿ ਝੂਟੇ ਖੁਰਕ ਕਰਨਗੇ ਆਣ ਕੇ, ਨੀਂਹ ਪੱਥਰ ਖੜੇ ਨੇ ਬਾਦਲਾਂ ਦੇ ਤੇ ਕੈਪਟਨਾਂ ਦੇ, ਉੱਥੇ ਝੂਟੇ ਖੁਰਕਦੇ ਨੇ। ਹੁਣ ਸਾਨੂੰ ਝੂਟਾ ਲੱਭਿਆ ਨਹੀਂ ਤਾਂ ਝੂਟਾ ਵੀ ਤੁਹਾਨੂੰ ਦਿਖਾ ਦੇਣਾ ਸੀਗਾ। ਮਿਤੀ 5/8/2022 ਨੂੰ ਆਪਣੇ ਘਰ ਕਮਲਾਂ ਨਾਲ ਰੱਖਿਆ। ਹੁਣ ਮੇਰੇ ਨੇੜੇ ਆ ਜਾਓ ਜ਼ਰਾ, ਮੈਂ ਭਗਵੰਤ ਮਾਨ ਤੈਨੂੰ ਪੁੱਛਣਾ ਚਾਹੁੰਦਾ ਕਿ ਤੂੰ ਸਭ ਦੀਆਂ ਸਭ ਨੂੰ ਮਜ਼ਾਕ ਕਰਦਾ, ਝੇਡਾਂ ਕਰਦਾ, ਨੀਂਹ ਪੱਥਰ ਤਾਂ ਜੀ ਰੱਖਦੇ ਨੇ ਲੀਡਰ, ਸਾਡਾ ਮੌਕਾ ਆਊਗਾ ਅਸੀਂ ਨੀਂਹ ਪੱਥਰ ਰੱਖਾਂਗੇ, ਅਸੀਂ ਮਿਸਤਰੀਆਂ ਕੋਲੋਂ ਰਖਾਇਆ ਕਰਾਂਗੇ, ਕਾਰੀਗਰਾਂ ਕੋਲੋਂ ਲਿਖਾਇਆ ਕਰਾਂਗੇ, ਕਿਉਂਕਿ ਉਹ ਕਰਦੇ ਨੇ। ਅੱਛਾ, ਇਹ ਮੈਡੀਕਲ ਕਾਲਜ ਕੋਈ ਛੋਟਾ ਮੋਟਾ ਪ੍ਰੋਜੈਕਟ ਨਹੀਂਗਾ। ਔਰ ਇੱਦਾਂ ਦੇ ਮੇਰੇ ਵੀਰੋ 16 ਨੀਂਹ ਪੱਥਰ ਰੱਖੇ ਭਗਵੰਤ ਮਾਨ ਨੇ ਸਾਰੇ ਪੰਜਾਬ 'ਚ ਘੁੰਮ ਘੁੰਮ ਕੇ, ਹੈਲੀਕਾਪਟਰ 'ਤੇ ਚੜ੍ਹ ਚੜ੍ਹ ਕੇ, ਇੱਕ ਵੀ ਨਹੀਂ ਬਣ ਸਕਿਆ। ਆਹ ਪਹਿਲਾਂ ਨੀਂਹ ਪੱਥਰ ਦਾ ਹਾਲਤ ਦਿਖਾਇਓ, ਉਜੜਿਆ ਹੋਇਆ ਜੀ, ਆਹ ਦੇਖ ਲਓ ਸਾਰੇ ਹਾਲਤ ਕੀ ਹੈ ਥੱਲੇ, ਆਹ ਭਖੜਾ ਉੱਗਿਆ ਹੋਇਆ, ਸਾਰੇ ਬੁਰੀ ਹਾਲਤ ਹੈ। ਚਲੋ, ਹੋਰ ਨਹੀਂ ਕੁਛ, ਉਹ ਸ਼ਰਮ ਕਰ ਲੈਂਦਾ ਆਪਣੇ ਨੀਂਹ ਪੱਥਰ ਨੂੰ ਸਵਾਰ ਕੇ ਰੱਖ ਲੈਂਦਾ, ਇੱਥੇ ਕੋਈ 4 ਇੱਟਾਂ ਚੰਗੀਆਂ ਰੱਖ ਕੇ ਸਾਫ਼ ਮੇਨਟੇਨ ਕਰ ਲੈਂਦਾ ਵੀ ਜਿੰਨੀ ਦੇਰ ਕਾਲਜ ਤਾਂ ਤੂੰ ਬਣਾਉਣਾ ਨਹੀਂ ਗਾ, ਉਹ ਤਾਂ ਸਾਨੂੰ ਪਤਾ ਵਾ। ਹੁਣ ਇੱਧਰ ਆਓ ਲੱਗੇ ਜ਼ਰਾ, ਕਿਉਂ ਨਹੀਂ ਬਣ ਰਿਹਾ ਕਾਲਜ, ਇਹ ਬਹਾਨਾ ਬਣਾ ਰਿਹਾ ਵਾ। ਦੋਸਤੋ, ਮੈਂ ਸਾਰੀ ਦੁਨੀਆਂ 'ਚ ਬੈਠਿਆਂ ਨੂੰ ਕਹਿੰਦਾ, ਜਿਹੜੇ ਬਹਾਨੇ ਸਾਜ਼ ਲੋਕ ਹੁੰਦੇ ਨਾ, ਜਿਹਨਾਂ ਜ਼ਿੰਦਗੀ 'ਚ ਕੰਮ ਨਹੀਂ ਕਰਨਾ, ਸਿਰਫ ਚੁਟਕਲੇ ਸੁਣਾਉਣੇ ਨੇ, ਦੂਜਿਆਂ ਨੂੰ ਮਜ਼ਾਕ ਕਰਨਾ ਵਾ, ਟਿੱਚਰਾਂ ਕਰਨੀਆਂ ਨੇ, ਹੁਣ ਸੁਣੋ ਕਹਾਣੀ ਕੀ ਹੈ। ਵੈਸੇ ਤਾਂ 16 ਦੇ 16 ਹੀ ਨਹੀਂ ਬਣੇ, ਪਰ ਇਹਦਾ ਬਹਾਨਾ ਕੀ ਬਣਾਇਆ ਕਿ ਜੀ ਇੱਥੇ ਜਿਹੜਾ ਟਰੱਸਟ ਹੈ, ਜਿਹੜਾ ਸੰਤ ਬਾਬਾ ਅਤਰ ਸਿੰਘ ਜੀ ਦਾ ਮਸਤੂਆਣਾ ਸਾਹਿਬ ਦਾ ਟਰੱਸਟ ਹੈ, ਇਹ ਢੀਂਡਸਿਆਂ ਦੇ ਕੰਟਰੋਲ ਵਿੱਚ ਹੈ ਜੀ, ਉਹ ਅੜਿੱਕਾ ਪਾ ਰਹੇ ਨੇ ਜੀ, ਉਹ ਸਾਡਾ ਮੈਡੀਕਲ ਕਾਲਜ ਨਹੀਂ ਬਣ ਦਿੰਦੇ। ਹਾਲਾਂਕਿ ਸਾਦੇ ਸ਼ਬਦਾਂ 'ਚ ਮੈਂ ਕਹਿਣਾ ਚਾਹੁੰਦਾ, ਪਹਿਲੀ ਗੱਲ ਤਾਂ ਕਿ ਇਹ 25 ਏਕੜ ਜ਼ਮੀਨ ਸੰਗਰੂਰ ਜ਼ਿਲ੍ਹੇ ਵਿੱਚ ਕਿਤੇ ਵੀ ਨਹੀਂ ਲੱਭੀ ਭਗਵੰਤੇ ਨੂੰ, ਸਾਰੀਆਂ ਪੰਚਾਇਤਾਂ ਕੋਲ 200-300 ਕਿੱਲਾ ਪੰਚਾਇਤ ਦੀ ਜ਼ਮੀਨ ਆ, ਉਹ ਵੀ ਕਿਸੇ ਹੋਰ ਪਿੰਡ ਦੀ ਜ਼ਮੀਨ, ਆਹ ਸੜਕੋਂ ਪਰਲੇ ਪਾਸੇ ਪੰਚਾਇਤ ਦੀ ਜ਼ਮੀਨ ਲੈ ਕੇ, ਜੇ ਤੁਸੀਂ ਬਣਾਉਣਾ ਹੋਵੇ, ਜੇ ਤੁਹਾਡਾ ਇਰਾਦਾ ਨੇਕ ਹੁੰਦਾ, ਦੋਵਾਂ ਸਾਲਾਂ 'ਚ ਆ 22 ਦਾ 8x22 ਦਾ ਨੀਂਹ ਪੱਥਰ ਨਾ ਖੜਾ ਹੁੰਦਾ, ਇੱਥੇ ਮੈਡੀਕਲ ਕਾਲਜ ਦੀ ਬਿਲਡਿੰਗ ਬਣ ਚੁੱਕੀ ਹੁੰਦੀ, ਬੱਚੇ ਪੜ੍ਹ ਰਹੇ ਹੁੰਦੇ, ਬਿਕੋਜ਼ ਤੁਸੀਂ ਬਣਾਉਣਾ ਹੀ ਨਹੀਂ ਸੀਗਾ। ਤੁਸੀਂ ਢੀਂਡਸਾ ਸਾਹਿਬ ਦੇ ਉੱਤੇ ਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਦੇ ਟਰੱਸਟ ਤੇ ਜੜ ਦਿੱਤਾ। ਆਹ ਹੁਣ ਸੁਣੋ, ਆਓ ਇੱਧਰ ਲਾਗੇ ਦੇਖੋ, ਆਹ ਮੈਂ ਦਸਤਾਵੇਜ਼ ਤੁਹਾਨੂੰ ਦਿਖਾ ਰਿਹਾ ਵਾਂ, ਇਹ ਹੈਗੇ ਨੇ ਹਾਈ ਕੋਰਟ ਵਿੱਚ ਜਿਹੜੇ ਇਸ ਟਰੱਸਟ ਨੇ ਦਿੱਤੇ ਨੇ ਦਸਤਾਵੇਜ਼। ਆਹ ਸੁਣੋ, ਆਓ ਜਰਾ, ਇਹ ਹਾਈ ਕੋਰਟ ਦੇ ਵਿੱਚ ਸਾਰਾ ਕੇਸ ਹੈ, ਇਹਦਾ ਆਨਰੇਬਲ ਹਾਈ ਕੋਰਟ ਪੰਜਾਬ ਹਰਿਆਣਾ, ਆਹ ਨੰਬਰ ਦਿੱਤਾ ਹੋਇਆ ਸਾਰਾ। ਅੱਛਾ, ਆਹ ਲਿਸਟ ਆਫ ਇਵੈਂਟਸ ਆ, ਕੀ ਕੀਤਾ, ਲਿਸਟ ਆਫ ਇੰਡੈਕਸ, ਲਿਸਟ ਆਫ ਇਵੈਂਟਸ, ਮਸਤੂਆਣਾ ਸਾਹਿਬ ਮੈਡੀਕਲ ਕਾਲਜ ਕੇਸ ਕਰੰਟ ਸਟੇਟਸ, 10 ਮਈ 2023 ਨੂੰ ਜਿਹੜਾ ਐਪਲੀਕੇਸ਼ਨ ਸੀ ਗੁਰੂ ਸਾਗਰ ਮਸਤੂਆਣਾ ਟਰੱਸਟ ਨੇ 10 ਮਈ 2023 ਚ ਆਪਣਾ ਕੌਨਸੈਂਟ ਦਿੱਤਾ ਇਨ ਕੋਰਟ ਮੇ ਰਿਗਾਰਡਿੰਗ ਕੌਨਸੈਂਟ ਆਫ ਗੁਰੂ ਸਾਗਰ ਮਸਤੂਆਣਾ ਟਰੱਸਟ ਟੂ ਸਪੇਅਰ 25 ਏਕੜ ਲੈਂਡ ਫਾਰ ਦਾ ਮੇਨ ਕੇਸ ਪੈਂਡਿੰਗ ਇਨ ਆਨਰੇਬਲ ਹਾਈ ਕੋਰਟ ਬਿਟਵੀਨ ਗੁਰੂ ਸਾਗਰ ਮਸਤੂਆਣਾ ਟਰੱਸਟ ਐਂਡ ਐਸਟੀਪੀਸੀ ਫਾਰ ਦਾ ਕੰਸਟਰਕਸ਼ਨ ਆਫ ਮੈਡੀਕਲ ਕਾਲਜ ਵੇਅਰ ਦਾ ਫਾਊਂਡੇਸ਼ਨ ਸਟੋਨ ਹੈਜ਼ ਬੀਨ ਲੇਡ ਡਾਊਨ ਬਾਏ ਆਨਰੇਬਲ CM ਭਗਵੰਤ ਮਾਨ ਜੀ। ਇੱਕ ਵਾਰੀ ਦੱਸਦਾ ਤੁਹਾਨੂੰ ਕਿ 10 ਮਈ ਦਾ, ਇੱਕ ਸਾਲ ਪਿੱਛੇ, ਇਹਦਾ
ਹਲਫਨਾਮਾ ਦੇ ਚੁੱਕਾ ਕੰਸੈਂਟ ਇਹ ਟਰੱਸਟ ਜਿਹੜਾ ਭਗਵੰਤ ਮਾਨ ਕਹਿੰਦਾ ਕਿ ਸਾਡੇ ਨਾਲ ਸਾਨੂੰ ਬਣਾਉਣ ਨਹੀਂ ਦਿੰਦਾ ਢੀਂਡਸਾ। ਅੱਗੇ ਆ ਜਾਓ 10 ਮਈ 2023 ਨੂੰ ਐਫੀਡੇਵਿਟ ਬਾਏ ਸੈਕਟਰੀ ਆਫ ਟਰੱਸਟ ਦੈਟ ਇਜ਼ ਜਸਵੰਤ ਸਿੰਘ ਖਹਿਰਾ ਸਬਮਿਟਡ ਇਨ ਦਾ ਹਾਈ ਕੋਰਟ ਐਂਡੋਰਸਿੰਗ ਦੀ ਅਬਵ ਐਪਲੀਕੇਸ਼ਨ। ਜੋ ਕੰਸੈਂਟ ਉੱਤੇ ਦਿੱਤਾ ਟਰੱਸਟ ਦੇ ਸੈਕਟਰੀ ਨੇ ਕਿਹਾ ਕਿ ਮੈਂ ਸਹਿਮਤ ਹਾਂ ਉਹਦੇ ਨਾਲ। 1 ਫਰਵਰੀ 2013 ਮਿਨਟਸ ਆਫ ਮੀਟਿੰਗ ਕੰਪਰਾਈਜ਼ਿੰਗ 21-2-23 ਹੈਲਡ ਬਿਟਵੀਨ ਰਿਪ੍ਰੈਜੈਂਟੇਟਿਵ ਆਫ ਸੰਯੁਕਤ ਕਿਸਾਨ ਮੋਰਚਾ ਅਤੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੰਯੁਕਤ SKM ਨੇ ਕਿ ਇਹਦਾ ਮਸਲੇ ਦਾ ਹੱਲ ਨਿਬੇੜਾ ਜਾਵੇ। 27 ਮਾਰਚ 2023 ਕਾਪੀ ਆਫ ਲੈਟਰ ਰਿਟਨ ਬਾਏ ਸੈਕਟਰੀ ਗੁਰਸਾਗਰ ਮਸਤੂਆਣਾ ਟਰੱਸਟ ਟੂ ਪ੍ਰੈਜ਼ੀਡੈਂਟ SGPC ਰਿਕੁਐਸਟਿੰਗ ਹਿਮ ਟੂ ਗਿਵ ਕੰਸੈਂਟ ਟੂ ਸਪੇਅਰ 25 ਏਕੜ ਲੈਂਡ ਫਰੋਮ ਦਾ ਮੇਨ ਕੇਸ, ਕਿਉਂਕਿ SGPC ਦਾ ਵੀ ਇਸ ਜ਼ਮੀਨ ਦੇ ਨਾਲ ਮਸਲਾ ਸੀਗਾ ਅਤੇ ਗੁਰਸਾਗਰ ਮਸਤੂਆਣਾ ਟਰੱਸਟ SGPC ਨੂੰ ਵੀ ਲਿਖ ਰਿਹਾ ਕਿ ਅਸੀਂ ਕੰਸੈਂਟ ਦਿੱਤਾ, ਤੁਸੀਂ ਵੀ ਕਿਰਪਾ ਕਰਕੇ 10 ਅਪ੍ਰੈਲ 2023 ਨੂੰ ਰੈਜ਼ੋਲੂਸ਼ਨ ਆਫ SGPC ਡੇਟਡ 10-4-23 ਬਾਏ ਵਿਚ ਕੰਸੈਂਟ ਹੈਡ ਬੀਨ ਗਿਵਨ ਟੂ ਸਪੇਅਰ 25 ਏਕੜ ਲੈਂਡ ਫਰੋਮ ਮੇਨ ਕੇਸ ਇਨ ਰਿਸਪੋਂਸ ਟੂ ਟਰੱਸਟ ਲੈਟਰ ਲੈਟਰ ਆਫ SGPC ਟੂ ਟਰੱਸਟ ਇਨ ਰਿਸਪੋਂਸ ਟੂ ਲੈਟਰ ਰਿਟਨ ਬਾਏ ਸੈਕਟਰ ਗੁਰੂ ਸਾਗਰ ਮਸਤੂਆਣਾ ਸਾਹਿਬ ਟਰੱਸਟ ਨੇ ਵੀ ਦਿੱਤੀ ਮਨਜ਼ੂਰੀ, ਹਾਈ ਕੋਰਟ ਵਿਚ ਐਫੀਡੇਵਿਟ ਵੀ ਫਾਈਲ ਕਰਤਾ ਔਰ SGPC ਨੇ ਵੀ ਉੱਥੇ ਆਗਿਆ ਦੇ ਦਿੱਤੀ, ਲੇਕਿਨ ਫਿਰ ਵੀ ਭਗਵੰਤ ਮਾਨ ਬਹਾਨੇਬਾਜ਼ੀ ਕਰਕੇ ਆਹ ਹਾਈ ਕੋਰਟ ਦੇ ਸਾਰੇ ਕਾਗਜ਼ ਮੇਰੇ ਕੋਲ ਰਿਟ ਪਟੀਸ਼ਨ ਦੇ ਮੇਰੇ ਕਾਗਜ਼ ਨੇ। ਦੋਸਤੋ ਕਹਾਣੀ ਕੀ ਆ ਕਿ ਇਹ ਬੰਦੇ ਇਹਨਾਂ ਨੂੰ ਸਰਕਾਰ ਮਿਲ ਗਈ ਆਸਾਨ ਜਿਹੇ ਤਰੀਕੇ ਨਾਲ, ਲੋਕਾਂ ਨੇ ਹਵਾ ਚੱਲਦੀ ਸੀਗੀ ਧੜਾ ਧੜ ਵੋਟਾਂ ਪਾਤੀਆਂ, ਇਹਨਾਂ ਨੂੰ ਕਿਸੇ ਵੋਟਰ ਦੀ ਕਦਰ ਨਹੀਂ, ਇਹਨਾਂ ਨੂੰ ਕਿਸੇ ਫਾਇਦੇ ਦਾ ਕੋਈ ਚੇਤਾ ਨੀਗਾ, ਇਹ ਸਭ ਨੂੰ ਲੋਕਾਂ ਨੂੰ ਪੰਜਾਬੀ 'ਚ ਕਹਿੰਦੇ ਮੂਰਖ ਸਮਝਦੇ ਨੇ, ਬਸ ਨੀਂਹ ਪੱਥਰ ਰੱਖਤਾ ਅਸੀਂ 16 ਨੀਂਹ ਪੱਥਰ ਰੱਖਤੇ ਔਰ ਅਸੀਂ ਮੈਡੀਕਲ ਕਾਲਜ ਬਣ ਗਿਆ। ਸਾਡੇ ਬਜਟ ਦੇ ਸਪੀਚ ਵਿੱਚ ਜਿਹੜਾ ਗਵਰਨਰ ਐਡਰੈਸ ਹੈ ਉਹਦੇ 16 ਮੈਡੀਕਲ ਕਾਲਜ ਦਾ ਪਿਛਲੇ 3 ਸਾਲ ਤੋਂ ਜ਼ਿਕਰ ਆਈ ਜਾਂਦਾ, ਤੀਸਰਾ ਬਜਟ ਆ ਗਿਆ 1-2-3, ਲੇਕਿਨ ਮੈਡੀਕਲ ਕਾਲਜ ਦੀ ਅਸਲੀਅਤ ਆ ਕਿ ਤੁਸੀਂ ਦੇਖ ਸਕਦੇ ਹੋ ਆਹ ਪਿੱਛੇ ਹੋਇਆ, ਜ਼ਰਾ ਆਹ ਦੇਖ ਲਓ ਜੀ ਕੀ ਹਾਲ ਉਜੜਿਆ ਪਿਆ ਵਾ, ਆਹ ਇੱਟਾਂ ਵੀ ਦਿਖਾ ਦੇ ਕਿੱਦਾਂ ਕੀ ਹਾਲਤ ਕੀਤੀ ਪਈ, ਆਹ ਦੇ ਆਹ ਆਹ ਲੈ ਭਗਵੰਤ ਚੱਕ ਆਪਣਾ ਬਦਲਾਵ ਦਾ ਨੀ ਪੱਥਰ, ਆਹ ਦੇਖ ਪਿੱਛੇ ਥੱਲੇ ਉਹ ਪਿੱਛੇ ਦਿਖਾਈ ਉਹ ਕਿੱਦਾਂ ਕੀ, ਉਹ ਅੱਕ ਵੀ ਦੇਖ ਲਓ ਪਰੇ, ਆਹ ਦੇਖ ਲਓ ਤੁਹਾਡੇ ਸਾਹਮਣੇ, ਇੱਧਰ ਆਇਓ ਜ਼ਰਾ। ਦੋਸਤੋ ਮੈਂ ਇੱਥੇ ਇਸ ਕਰਕੇ ਆਇਆ ਵਾਂ, ਮੈਂ ਫਿਰ ਕਹਿਣਾ ਚਾਹੁੰਦਾ ਕਿ ਜਿਸ ਬੰਦੇ ਨੇ ਜਿਹਦੇ 'ਚ ਕੀ ਕਹਿੰਦੇ ਹੁੰਦੇ ਵੈਨ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ, ਵੈਨ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ, ਸਭ ਹਰ ਚੀਜ਼ ਦਾ ਹੱਲ ਹੈ, ਤੁਸੀਂ ਇੱਥੇ ਕਿਉਂ ਜਿੱਦ ਕਰਦੇ ਹੋ। ਇੱਥੇ ਹੀ ਗੁਰੂ ਸਾਗਰ ਮਸਤੂਆਣਾ ਸਾਹਿਬ ਦੀ ਟਰੱਸਟ